ਭਾਜਪਾ ਦੇ ਉਰੇ ਨਾ, ਹਾਂਜੀ ਦੱਸੋ ਜੀ ਭਾਜੀ ਇਹ ਪੀਸ ਕਿਉਂ ਛੱਡ ਛੜੇ ਨੇ? ਆ ਭਾਅ ਜੀ ਲੈਟ ਕੋਈ ਨਹੀਂ ਸੀ, ਲੈਟ ਆਉਂਦੀ ਹੈ ਤੇ ਕੱਟ ਕੇ ਲੱਗਣ ਵਾਲੇ ਨੇ। ਹੁਣ ਲੈਟ ਮੈਂ ਲਿਆਉਣੀ ਹੈ। ਔਰ ਲੈਟ ਮੇਰੇ ਪਾਸੇ ਮੈਂ ਲਿਆਉਣੀ ਸੀ ਤੇ ਮੈਨੂੰ ਕੀ ਪਤਾ ਕਿਹਨੇ ਲਿਆਉਣੀ ਹੈ? ਤੂੰ ਪੀਸ ਨਾਲ ਨਾਲ ਲਾ ਲੈ, ਲੈਟ ਵਾਲੇ ਨਾਲ ਗੱਲ ਕਰੋ, ਮੈਨੂੰ ਕੀ ਜਾਣਦੇ ਹੋ? ਇਹਨੇ ਨੇ ਪੀਸ ਤੇ ਬੰਦਾ ਦੰਦਾਂ ਨਾਲ ਚੱਕ ਮਾਰ ਕੇ ਤੇ ਕੱਟ ਕੇ ਲਾ ਦਿੰਦਾ, ਦੰਦਾਂ ਨਾਲ ਚੱਕ ਲਿਆ ਕੇ ਆਵਾ ਪੱਥਰ ਚੱਕ ਮਾਰ ਕੇ ਤੇ ਕੱਟ ਕੇ ਤੇ ਲਾਏ ਆਵੇ। ਔਰ ਨਾ ਪਾਓ ਕੀ ਕਰਦੇ ਹੋ, ਲੱਗੇ ਤੇ ਨਾ ਛੱਡੋ ਯਾਰ, ਮੈਨੂੰ ਮਨਾ ਪਿਆ ਆਉਂਦਾ ਨਾਲ ਪੀਸ ਤੋਂ ਕਿਉਂ ਨਹੀਂ ਲਾਏ? ਲੈਟ ਆਉਂਦੀ ਹੈ ਤੇ ਕਟੀਕੇ ਲੱਗਣੇ ਨੇ, ਤੂੰ ਕਿਉਂ ਨਹੀਂ ਲਾਏ ਮੈਨੂੰ ਦੱਸੋ? ਲੈਟ ਸਵੇਰ ਦੀ ਕੋਈ ਨਹੀਂ, ਲੈਟ ਕੋਈ ਨਹੀਂ ਤੇ ਮੇਰਾ ਤੇ ਇੱਕ ਹੀ ਗਿਣਾ ਹੈ ਮੈਨੂੰ ਦੱਸੋ। ਤੇ ਮੇਰਾ ਮੇਰੇ ਕੋਲ ਦਿਹਾੜੀ ਨਹੀਂ ਚਲੈਣੀ, ਦਿਹਾੜੀ ਨਹੀਂ ਮੇਰਾ ਅੱਲਾ ਵਾਸਤੇ ਕਰ ਦਿਓ ਬੈ, ਮੇਰਾ ਅੱਲਾ ਲੈਟ ਆਉਂਦੀ ਹੈ ਤੇ ਫਿਰ ਮੈਂ ਪਹਿਣਾ, ਮੇਰਾ ਅੱਲਾ ਵਾਸਤੇ ਕਰ ਦਿਓ ਬੈ, ਅੱਲਾ ਵਾਸਤੇ ਕਦੋਂ ਆਈ ਜਾਂਦੇ ਅੱਲਾ ਵਾਸਤੇ? ਇੱਥੇ ਉੜਾਵੋ ਕਿੱਥੇ ਭੱਜ ਭੱਜ ਪਰਾਂ ਜਾਂਦੇ ਹੋ, ਇੱਥੇ ਗਰੋ ਕੇ ਮੇਰੀ ਗੱਲ ਸੁਣੋ, ਤੁਸੀਂ ਪਹਿਲਾਂ ਪਹਿਲਾਂ ਜਾਂਦੇ ਹੋ। ਇਹ ਮੈਂ ਪਹਿਣਾ ਪੀਸ ਹੁਣ ਕਿਉਂ ਛੱਡੇ ਦੇ, ਵਜ੍ਹਾ ਕੀ ਹੈ? ਲੈਟ ਨਹੀਂ, ਮੇਰੀ ਗੱਲ ਸੁਣੋ, ਲੈਟ ਨੂੰ ਛੱਡੋ ਤੁਸੀਂ, ਮੇਰੇ ਕੋਲ ਦਿਹਾੜੀ ਨਹੀਂ ਲੈਂਦੇ, ਦਿਹਾੜੀ ਲੈਂਦੇ ਅੱਲਾ ਵਾਸਤੇ ਪੈਸੇ ਲੈਂਦੇ ਹੋ? ਨਹੀਂ, ਕਿਉਂ ਨਹੀਂ ਪੀਸ ਤੁਹਾਂ ਲਾਏ? ਲੈਟ ਕੋਈ ਨਹੀਂ ਸੀ, ਲੈਟ ਕੋਈ ਨਹੀਂ ਸੀ। ਇੱਥੇ ਹੁਣ ਬਬੂਰੀ ਆ ਗਿਆ, ਉਹਨਾਂ ਕਿਹਾ ਜੀ ਪੀਸ ਮਸਾਲਾ ਸਾਰਾ ਸੁੱਕ ਗਿਆ ਤੇ ਮੇਰਾ ਮਤਲਬ ਹੋ ਗਿਆ ਤੁਸਾਂ ਪੀਸ ਹੀ ਨਹੀਂ ਲਾਇਆ। ਲੈਟ ਆਉਂਦੀ ਸੀ ਉਸੇ ਵਕਤ ਪਹਿਲਾਂ, ਝਿੜਕਾ ਖਾਣ ਦੀ ਵਾਰੀ ਮੈਂ ਅੱਗੇ ਹੋ ਜਾਣਾ ਵਾ, ਤੁਸੀਂ ਆਪਣੀ ਦਿਹਾੜੀ ਲੈ ਕੇ ਤੇ ਲਾਮੇ ਤੇ ਠੇਕੇਦਾਰ ਵੀ ਤੇ ਤੁਸੀਂ, ਉਹਨਾਂ ਮੁਨਾਫੇ ਵੀ ਤੇ ਤੁਸੀਂ ਲੈਣੇ ਨੇ ਨਾ। ਇਹਦਾ ਮਤਲਬ ਹੈ ਕਿ ਜਿਹੜੀਆਂ ਗਾਲਾਂ ਖਾਏ ਠੇਕੇਦਾਰ ਖਾਏ, ਝਿੜਕਾ ਖਾਏ ਠੇਕੇਦਾਰ ਖਾਏ। ਜ਼ਿੰਮੇਦਾਰੀ ਤੁਹਾਡੀ ਐਸੇ ਗੱਲ ਦੀ, ਝਿੜਕਾ ਖਾਣ ਦੀ, ਹੋਰ ਕਾਹਦੀ ਤੁਹਾਡੀ ਜ਼ਿੰਮੇਦਾਰੀ ਹੈ? ਕਮਾਲ ਗੱਲ ਹੈ ਯਾਰ, ਜੇ ਤੁਹਾਨੂੰ ਕੰਮ ਆਖ ਆ ਛੱਡੋ ਤੇ ਅੱਗੋਂ ਮੇਰਾ ਮਤਲਬ ਹੈ ਕਿ ਬੇਇੱਜ਼ਤੀ ਕਰਦੇ ਹੋ। ਜ਼ਿੰਮੇਦਾਰੀ ਤੁਹਾਡੀ ਹੈ ਤੇ ਮੇਰੀ ਗੱਲ, ਜ਼ਿੰਮੇਦਾਰੀ ਕਾਹਦੀ ਹੈ? ਤੁਸੀਂ ਦਿਹਾੜੀ ਆਪਣੀ ਲਾਣੀ ਹੈ, ਨਹੀਂ ਵਾਰਾ ਖਾਂਦਾ ਤੇ ਅਸੀਂ ਮੇਰੀ ਗੱਲ ਛੱਡ ਦੇਨੇ ਆ, ਆਹ ਤੇ ਨਹੀਂ ਝਿੜਕਾ ਲੈਣੀ ਆ। ਠੇਕੇਦਾਰੀ ਤੁਹਾਨੂੰ ਜ਼ਿੰਮੇਦਾਰੀ ਦੀ ਲਈ ਹੈ? ਨਹੀਂ, ਜ਼ਿੰਮੇਦਾਰੀ ਤੇ ਮਿਲੀ ਹੈ, ਇਹਦੇ ਜਿਸ ਆਪਣਾ ਝਿੜਕਾਂ ਵਾਲੀ ਕਿਹੜੀ ਗੱਲ ਆ ਗਈ ਤੇ ਕਿਹੜੀ ਦੂਜੀ ਤਰੀਕੀ ਗੱਲ ਹੋ ਗਈ, ਅਸੀਂ ਛੱਡ ਦੇਨੇ ਆ ਵੇ, ਛੱਡਣ ਨਾਲ ਚੋਖਾ ਕੰਮ ਬਣ ਜਾਣਾ। ਹੁਣ ਗੱਲਾਂ ਤੇ ਬੜੀਆਂ ਟਕੇ ਟਕੇ ਦੀਆਂ ਕਰਦੇ ਹੋ, ਆ ਕਿਉਂ ਰਹਿ ਗਿਆ ਤੇ? ਮੇਰੀ ਗੱਲ ਸੁਣ, ਜਦੋਂ ਤੂੰ ਸਵੇਰੇ ਆਇਆ ਹੈ ਨਾ, ਹਾਂਜੀ, ਜਦੋਂ ਤੂੰ ਆ ਕੇ ਪੀਸ ਲਾਏ ਨੇ, ਹਾਂਜੀ, ਤੇਰਾ ਕੰਮ ਸੀ ਉਦੋਂ ਹੀ ਨਾਲ ਕੱਟ ਕੇ ਤੇ ਲਾ ਛੱਡਦਾ। ਮੈਨੂੰ ਪਤਾ ਸੀ ਇੱਥੇ ਇੰਡੇ ਪੈਣੇ ਨੇ ਤੇ ਪਹਿਲਾਂ ਕੱਟ ਕੇ ਤੇ ਰੱਖ ਛੱਡਦਾ ਦੋ ਦਿਨ ਪਹਿਲਾਂ, ਤੇ ਲੈਟ ਨਾ ਵੀ ਹੁੰਦੀ ਤੇ ਲਾ ਲੈਂਦਾ। ਤੇ ਲਾ ਲੈਣੇ ਹਨ ਨਾ, ਇੰਜ ਨਹੀਂ ਹੁੰਦਾ ਭਾਜੀ ਕੰਮ, ਲੈਟ ਨਹੀਂ ਹੈ, ਲੈਟ ਹੁਣ, ਲੈਟ ਹੁਣ ਮੈਂ ਲਿਆਉਣੀ, ਲੈਟ ਹੁਣ ਮੈਂ, ਆ ਟਿੱਕੀਆਂ ਨੇ ਤੋਂ ਵੀ ਤੁਸੀਂ ਛੱਡ ਛੜੀਆਂ ਨੇ, ਨਾਲੋ ਨਾਲ ਕਿਉਂ ਨੀ ਤੁਸੀਂ ਲਾਉਂਦੇ ਟਿੱਕੀਆਂ? ਮੈਨੂੰ ਦੱਸੋ ਸਹੀ ਵਾਲਾ, ਟਿੱਕੀਆਂ ਭਾਜੀ ਬਣਵਾ ਕੇ ਲਿਆਉਣੀਆਂ ਨੇ ਤੇ ਫਿਰ ਲੱਗਣੀਆਂ ਨੇ? ਕਿਹੜੀਆਂ ਬਣਵਾ ਕੇ ਲਿਆਉਣੀਆਂ? ਟਿੱਕੀਆਂ ਆਈਆਂ ਨੀ ਪਈਆਂ ਮਾਲਕਾਂ ਲਿਆਂਦੀਆਂ ਨੀ ਪਵਰਾਂ ਨੇ? ਕੋਈ ਨੀ, ਜੇ ਹੁੰਦੀਆਂ ਤੇ ਨਾਲ ਹੀ ਮੈਂ ਲਾ ਛੱਡਣੀਆਂ ਸਨ। ਕਮਾਲ ਗੱਲ, ਠੇਕੇਦਾਰ ਵਾਹ ਸਮਾਨ ਪੂਰਾ ਲਿਆ ਕੇ ਨਹੀਂ ਦਿੰਦੇ ਤੇ ਗੱਲਾਂ ਦੂਣੀਆਂ ਸੁਣਾਈਆਂ ਹੁੰਦੇ। ਪਰ ਛੱਡਦੇ ਯਾਰ, ਜ਼ਿੰਮੇਦਾਰੀ ਦੀ ਮੰਗਵਾਉਣੀਆਂ, ਮੰਗਵਾਉਣੀਆਂ ਕੀ, ਅੱਲਾ ਦਾ ਬੰਦਾ, ਲੋਕੀ ਨਾਲੋਂ ਨਾਲ ਹੀ ਕੰਮ ਕਰਦੇ ਨੇ, ਤੁਸੀਂ ਅੱਧਾ ਪਿੱਛੇ ਛੱਡੀ ਹੁੰਦੇ ਹੋ, ਤੁਹਾਡਾ ਦਿਲ ਹੀ ਕਰਦਾ ਕਿ ਸਾਡੀਆਂ ਦਿਹਾੜੀਆਂ ਇੱਥੇ ਚਾਰ ਵੱਲ ਲੱਗ ਜਾਣ, ਠੀਕ ਹੈ, ਅਗਲੇ ਨੂੰ ਕੁਛ ਹੈ ਬਚੇ ਨਾ ਬਚੇ ਸਾਡੀ ਦਿਹਾੜੀ ਜਿਹੜੀ ਨਾ ਸਿੱਧੀ ਹੋ ਜੇ, ਤੇ ਅਸੀਂ ਭਾਜੀ ਆਪਣੀ ਤੇ ਸਿੱਧੀ ਕਰਨੀ ਹੈ ਨਾ। ਆਹੋ, ਤੇ ਤੁਸੀਂ ਵੀ ਆਪਣੀਆਂ ਸਿੱਧੀਆਂ ਕਰੋ ਨਾ। ਮੈਂ ਹੀ ਕਾਹਦੀਆਂ ਸਿੱਧੀਆਂ ਕਰੀ, ਅੱਲਾ ਦੇ ਬੰਦਿਆ ਐਵੇਂ ਜਾਣ ਕੇ ਬਸ ਨਾ ਕੇ ਲਈਦਾ। ਤੂੰ ਅੱਲਾ ਦੇ ਬੰਦਾ, ਤੂੰ ਮੈਨੂੰ ਦੱਸ ਟਿੱਕੀਆਂ ਨਹੀਂ ਹੈ, ਮੈਂ ਬਬੂਰਾਂ ਨੂੰ ਫੋਨ ਕਰਕੇ ਟਿੱਕੀਆਂ ਮੰਗਵਾ ਲਵਾਂ, ਠੀਕ ਹੈ? ਹੁਣ ਤੇ ਪਤਾ ਲੱਗ ਗਿਆ ਜੇ ਹੁਣ ਮੰਗਵਾ ਲਓ, ਹੁਣ ਮੈਂ ਕਾਹ ਤੋਂ ਮੰਗਵਾ ਲਓ, ਮੰਗਵਾ ਲਓ ਤੇ ਹੁਣ ਹੀ ਮੈਂ ਲਾ ਦੇਣਾ। ਹੁਣ ਉਹ ਸ਼ਾਮ ਪਈ ਹੈ, 5 ਵਜੇ ਨਾਲੇ ਪਏ ਨੇ, ਉੱਤੋਂ ਦੁਕਾਨਾਂ ਬੰਦ ਹੋਣ ਵਾਲੀਆਂ ਪਈਆਂ ਨੇ।